आयो जरूर नजारा ऐसा बन दांगे जाप करन तो बाद जगारे छड़ूगा छोटा भरा 11 पूरे गज बज के 11 जगारे इस संसार नु कमण ला दांगे कमण इह जे जगारे लावांगे गुरु दे ओट आसरे नाल 11 जगारे लाउण तो बाद मैं गोलियां मारनी शुरू करूंगा अपने शरीर दे विच इक गोली नहीं मारनी भी सीधी पड़पड़ी जी गोली मार ली ते समाप्त है कम ना तां थल्लो गोलियां मारनी शुरू करूंगा पैरां तो पैरां तो बाद उत्ते तक गोलियां मारूंगा जिन्ना चिर गुरु साहब मेरे च ताकत बख्शण तां छेद कर दूंगा अपने शरीर दे विच भाई तुसीं देखोगे ये मेरी जबान है कौम नूं तेरा भरा हस हस के शहादत दऊंगा तू देखी कली कली गोली बजूगी यार मैं फिर भी जगारे छुटूंगा तू देखी यार कुछ इतिहास रच के जावांगे जेडे साडे बच्चे इतिहास नूं भुल के एक नवा इतिहास रच के जावांगे ए भी मैं कहना आपदी सिख संगत नूं मैनू पूजण ना लग जिओ मूर्खो मैं एक गुरु दा कुकर हां आपां देहां पूजणियां छड्डीए गुरु साहब दे इन्ने क सख्त हुकम आए होए ने डर पै तां देखो खतरा है मौत कबूल है आपां नूं मैं तुहाडे नाल जबान करदा ना तां विकूंगा ना झुकूंगा जो हुक्म करनगे बिना थले उतरन दो मैं मनूंगा यार मैं मर्द बंदा मैं लड़के शहीद होने वाला बंदा साहब श्री गुरु ग्रंथ साहिब दीआं बेदबियां नूं लै के पंजाब दे विच जां पूरी जगत दे विच जेकर गल करीए तां इस दा कोई भी हल नहीं निकलिया चाहे लंबे मोर्चे लगे बहुत कुछ होया पर इस चीज दा हल नहीं निकलिया ते उस हल नूं कढ़न दे लई ਸਾਡੇ ਸਿੱਖ ਵੀਰ ਫੌਜੀ ਗੁਰਜੀਤ ਸਿੰਘ ਜਿਹੜੇ ਆ ਉਹ ਟਾਵਰ ਤੇ ਚੜ ਜਾਂਦੇ ਆ ਤੇ ਉੱਤੋਂ ਆਪਦੀ ਜਾਨ ਜਿਹੜੀ ਆ ਉਹ ਪ੍ਰਵਾਨ ਕਰਨ ਦੀ ਜਿਹੜੀ ਆ ਸੁਨੇਹਾ ਜਿਹੜਾ ਕੌਮ ਦੇ ਨਾਲ ਲਾ ਦਿੰਦੇ ਆ ਪਰ ਕੌਮ ਦੇ ਵਿੱਚੋਂ ਕੋਈ ਵੀ ਉੱਥੇ ਨਹੀਂ ਪਹੁੰਚਿਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੋ ਵੀ ਸਾਡੇ ਕੋਲ ਸਾਧਨ ਸੀ ਵੀਡੀਓ ਕਾਲ ਤੇ ਜੁੜੇ ਨੇ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਹਤਾਂ ਦੱਸੋ ਠੀਕ ਹੋ ਚੜ੍ਹਦੀ ਕਲਾ ਚ ਟਾਵਰ ਤੇ ਬੈਠੇ ਹੋ ਗੁਰੂ ਦੀ ਬੜੀ ਕਿਰਪਾ ਜੀ ਗੁਰੂ ਦੀ ਬੜੀ ਕਿਰਪਾ ਮੈਂ ਕਹਣਾ ਸੱਚੇ ਪਾਤਸ਼ਾਹ ਜੀ ਨੇ ਗੱਲ ਵੱਖਰੀ ਜਿ ਲੈ ਰੱਖਿਆ ਹੋਰ ਫੁਰਤੀ ਆਈ ਜਾਂਦੀ ਹੈ ਹਰ ਰੋਜ਼ ਜੀ ਅਸਲ ਦੇ ਵਿੱਚ ਇਹਦਾ ਕੋਈ ਹੱਲ ਨਹੀਂ ਨਿਕਲਿਆ ਬਹੁਤ ਬਰਗਾੜੀ ਧਰਨਾ ਲੱਗਿਆ ਜਾਂ ਮੋਰਚੇ ਲੱਗੇ ਹੋਰ ਬਹੁਤ ਕੁਝ ਨਿਕਲਿਆ ਤੁਹਾਡਾ ਮੇਨ ਮਕਸਦ ਇਹ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਹੱਲ ਕੱਢਿਆ ਜਾਵੇ ਹਾਂਜੀ ਹਾਂਜੀ ਵੀਰ ਜੀ ਦੇਖੋ ਆਪਾਂ ਸਾਰੇ ਮੋਰਚਿਆਂ ਦੇ ਵਿੱਚ ਵਿਚਰੇ ਆ ਜੀ ਤਾਂ ਅੱਜ ਤੱਕ ਦੇਖੋ 2015 ਤੋਂ ਲੈ ਕੇ ਕਾਫੀ ਮੋਰਚੇ ਲੱਗੇ ਬਰਗਾੜੀ ਮੋਰਚਾ ਲੱਗਿਆ ਸਭ ਤੋਂ ਵੱਡਾ ਮੋਰਚਾ ਉੱਥੇ ਲੱਗਿਆ ਸੀ ਜੀ ਤੇ ਉੱਥੇ ਸੰਗਤ ਨੇ ਇਹਦਾ ਦਿੱਤਾ ਪੂਰਾ ਸਾਥ ਜੀ ਲੇਕਿਨ ਆਪਣੇ ਲੀਡਰਾਂ ਨੇ ਹੇਰ ਫੇਰ ਕਰਕੇ ਉਹ ਮੋਰਚਾ ਫੇਲ ਕਰਤਾ ਜੀ ਠੀਕ ਹੈ ਜੀ ਤੇ ਉਸ ਤੋਂ ਨਿਰਾਸ਼ਤਾ ਹੋ ਕੇ ਆਪਾਂ ਸਾਰੇ ਰੋਂਦੇ ਹੋਏ ਆਪਦੇ ਘਰਾਂ ਨੂੰ ਵਾਪਸ ਆਏ ਸੀ ਸੰਗਤਾਂ ਸਾਰੀਆਂ ਜੀ ਚਲੋ ਮੈਂ 9 ਸਾਲ ਹੋ ਗਏ ਯਾਰ ਦੇਖਦਿਆਂ ਨੂੰ ਵੀ ਕੋਈ ਨਾ ਕੋਈ ਉਪਰਾਲਾ ਕਰੂਗਾ ਤਾਂ ਸਾਥ ਦੇਵਾਂਗੇ ਕੋਈ ਨਾ ਕੋਈ ਉਪਰਾਲਾ ਕਰੂਗਾ ਤਾਂ ਸਾਥ ਦੇਵਾਂਗੇ ਮੈਂ ਬਹੁਤ ਮਹਾਂਪੁਰਸ਼ਾਂ ਨਾਲ ਵਿਚਾਰ ਵੀ ਵਟਾਂਦਰਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਗੰਦੇ ਤਰੀਕਿਆਂ ਨਾਲ ਹੋਣ ਲੱਗ ਗਈ ਵੀ ਆਪਾਂ ਇਹ ਤੇ ਠੱਲ ਪਾਈਏ ਲੇਕਿਨ ਸਭ ਦੇ ਮੂੰਹ ਦੇ ਬੋਲ ਇਹੀ ਹੁੰਦੇ ਸੀ ਵੀ ਕੋਈ ਉਪਰਾਲਾ ਕਰੇ ਤਾਂ ਸਾਥ ਦੇਵਾਂਗੇ ਪਰ ਖੁਦਾ ਉਪਰਾਲਾ ਨਹੀਂ ਕੋਈ ਕਰਕੇ ਰਾਜੀ ਲੋਕਾਂ ਦੀ ਸੋਚ ਕੀ ਹੈ ਪਿੰਡਰਾਂ ਵਾਲਾ ਜੰਮੇ ਪਰ ਗਵਾਂਢੀ ਦੇ ਘਰੇ ਸਾਡੇ ਘਰੇ ਨਾ ਜੰਮੇ ਜੀ ਬਿਲਕੁਲ ਆਹ ਸੋਚ ਹੋਈ ਪਈ ਹੈ ਤਾਂ ਗੁਰੂ ਸਾਹਿਬ ਨੇ ਥਾਪੜਾ ਦੇਤਾ ਭਰਾ ਆਪਾਂ ਚੜ ਗਏ 400 ਫੁੱਟ ਉੱਚੇ ਟਾਵਰ ਤੇ ਜੀ ਹਾਂ ਜੀ ਹਾਂ ਤੇ ਇੱਥੇ ਤੁਹਾਡੇ ਕੋਲ ਕੋਈ ਪਹੁੰਚਿਆ ਫਿਰ ਜਿਹੜੇ ਕੋਈ ਸਿੱਖ ਆਗੂ ਪੰਥਕ ਜਿਹੜੇ ਤੁਹਾਨੂੰ ਇਹ ਗੱਲ ਕਰਨ ਲਈ ਜਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਜਾਂ ਇਕੱਠ ਕਰਨ ਜਾਂ ਕੋਈ ਹੱਲ ਕੱਢਣ ਦੀ ਜਿੰਨਾ ਗੱਲ ਕੀਤੀ ਹੋਵੇ ਬਿਲਕੁਲ ਨਹੀਂ ਭਰਾ ਜੀ 11 ਤਰੀਕ ਰਾਤ ਦਾ ਚੜਿਆ ਹੋਇਆ ਮੈਂ ਜੀ 12 ਤਰੀਕ ਚੜਦੇ 12 ਤਰੀਕ ਅੰਮ੍ਰਿਤ ਵੇਲਾ ਹੋ ਗਿਆ ਸੀ ਜੀ ਠੀਕ ਹੈ ਜੀ ਹੁਣ ਤੱਕ ਸਿੱਖ ਆਗੂ ਦਾ ਕਿਸੇ ਦਾ ਮੈਨੂੰ ਫੋਨ ਤੱਕ ਨਹੀਂ ਆਇਆ ਬਸ ਇੱਕ ਰੂਹਾਂ ਪਹੁੰਚੀਆਂ ਨੇ ਜਿਨ੍ਹਾਂ ਦੀ ਆਪਾਂ ਗੱਡ ਕੇ ਮਦਦ ਕਰੀ ਸੀ ਭਾਈ ਅੰਮ੍ਰਿਤਪਾਲ ਦਾ ਪਰਿਵਾਰ ਉਹ ਬਾਪੂ ਤਰਸੇਮ ਸਿੰਘ ਜੀ ਪਰਸੋਂ ਪਹੁੰਚ ਗਏ ਸੀ ਜੀ ਹੋਰ ਕੋਈ ਨਹੀਂ ਆਇਆ ਉਹ ਅੱਜ ਵੀ ਪਾਨਾ ਸਿੱਧੂ ਵੀ ਆ ਗਿਆ ਕੱਲ ਤੇ ਪਾਨਾ ਸਿੱਧੂ ਹੋਰੀ ਇਹ ਸਾਰੇ ਚਲੋ ਹੌਲੀ ਹੌਲੀ ਜਾਗਣਗੇ ਸਾਰੇ ਕੁੜੀ ਨੀ ਸੁੱਤੇ ਹੋਏ ਨੇ ਪ੍ਰਸ਼ਾਸਨ ਕੀ ਕਹਿੰਦਾ ਜੀ ਪ੍ਰਸ਼ਾਸਨ ਤਾਂ ਜੀ ਡੀਸੀ ਮੈਡਮ ਕੱਲ ਪਹੁੰਚੀ ਹੈ ਐਸਐਸਪੀ ਨਾਨਕ ਸਿੰਘ ਕੱਲ ਪਹੁੰਚਿਆ ਤੁਸੀਂ ਆਪ ਹਿਸਾਬ ਲਾ ਲਓ ਤੇ ਵੱਡੇ ਅਫਸਰ ਇੰਨੇ ਦਿਨਾਂ ਬਾਅਦ 25ਵੇਂ ਦਿਨ ਕੱਲ ਪਹੁੰਚੇ ਨੇ ਜੀ ਤੁਸੀਂ ਆਪੇ ਸੋਚ ਲਓ ਵੀ ਪ੍ਰਸ਼ਾਸਨ ਨੂੰ ਕਿੰਨੀ ਕੁ ਟੈਨਸ਼ਨ ਹੈ ਆਪਣੀ ਜੀ ਇਹਦਾ ਹੁਣ ਕਈ ਵਾਰ ਇਹ ਹੁੰਦਾ ਪ੍ਰਸ਼ਾਸਨ ਲੈ ਕੇ ਭਰੋਸੇ ਦੇ ਵਿੱਚ ਤਾਰ ਲੈਂਦਾ ਜਾਂ ਆਪਣੇ ਬੰਦੇ ਕੇਅਰ ਭਰੋਸੇ 'ਚ ਲੈ ਕੇ ਬੰਦੇ ਨੂੰ ਤਾਰ ਲੈਂਦੇ ਨੇ ਬਹੁਤ ਇਦਾਂ ਦੇ ਮੋਰਚੇ ਹੋਏ ਜਿਹੜੇ ਚੱਕੇ ਗਏ ਬਾਅਦ ਦੇ ਵਿੱਚ ਬਾਈ ਜੀ ਮੇਰੇ ਤੇ ਸਾਰੇ ਯਤਨ ਹੋ ਗਏ ਬਸ ਤੁਸੀਂ ਵਿੱਚੇ ਲਾ ਲਓ ਮੈਂ ਜਦੋਂ ਸਾਰੇ ਯਤਨ ਕਹਿਤਾ ਤਾਂ ਉਹਨਾਂ ਨੇ ਜ਼ੋਰ ਲਾ ਲਿਆ ਅੱਡੀਆਂ ਚੱਕ ਕੇ ਇੱਥੇ ਗੁਰੂ ਦੇ ਖਾਲਸੇ ਬੈਠੇ ਨੇ ਤਾਂ ਪੱਕੇ ਦ੍ਰਿੜ ਇਰਾਦੇ ਨਾਲ ਬੈਠੇ ਨੇ ਜੀ
ਆ ਗੁਰੂ ਦੀ ਐਸੀ ਕਿਰਪਾ ਇਹ ਮੋਰਚਾ ਫਤਿਹ ਹੋਊਗਾ ਤਾਂ ਥੱਲੇ ਉਤਰਾਂਗੇ ਨਹੀਂ ਤਾਂ ਥੱਲੇ ਉਤਰਨ ਦਾ ਕੋਈ ਮਤਲਬ ਨਹੀਂ ਤੁਸੀਂ 6 ਤਰੀਕ ਦਾ ਐਲਾਨ ਕੀਤਾ ਹੈ ਕਿ 6 ਤਰੀਕ ਤੱਕ ਇੱਥੇ ਜਿਹੜਾ ਰਵਾਂਗੇ ਨਹੀਂ ਤਾਂ ਨਿਸ਼ਾਵਰ ਕਰ ਦਾਂਗੇ ਦੁਨੀਆ ਤੋਂ ਆਪਣੇ ਸਰੀਰ ਨੂੰ देखो जी मेनू ना अपनी सिख कौम तो बड़ी निराशता हुई है भी साथ नहीं दिता हुण तक ठीक है चलो चलो अज उम्मीदां पूरियां फोन करदा मैं तुहानूं संगत वड्डे लेवल ते आणे पक्का है पक्का होगी आ फड़ कर घंटा गुरु साहब कृपा करन उत्ते कोई तुहाडे ना 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 ए सूरमा साडा ए दे भी तुसीं दर्शन पाओ ए बाली जादे रबी रूह है रोज पानी लेके आउंदा मेरे वास्ते ए सूरमा ए बंदे दा भी योगदान आए ला लो भी मेनू ना जिउंदा रखण वाला हुण तक यही है जिहड़ा पानी दी सेवा बख्श रिहा करो दर्शन बाई दे खालसा वाहे की फतेह जी ए तुसी सेवा लेके आउंदे हो डेली लालच दिते जांदे ने बहुत तरह के लालच हुंदे ने जिहड़े दिते जांदे ने ओ भाई जी इह बिकण वाले नहीं हैगे इह मैं मेरे कोल वाधू है यार मेरे कोल किसे चीज़ की घाट नहीं भरा मेरे आ दादे ने इना क दे रखा मेनू पहला माया दे विच खालों बाहर करिया मेरे बच्चे राजी खुशी ने दो गड्डियां खड़िया ने करे फॉर्चुनर खड़ी है एक थार खड़ी है क्या बात है जेड़े लोग सुपने लेंदे ने ओह मैं अज तो 10 साल पहला पूरे कर ले 2017 दी मेरे कोल फॉर्चुनर गड्डी है तुसी आप सोचो जी और ओदे दी ओ थार है दो दो गड्डियां बस किसे चीज दी घाट नहीं यार मेनू की लालच दे देणगे जिन्हें जिन्हें गुरु साहब नू प्यार करिया होवे ओनू तां हीरियां दी कोई थल्ले ना खान समा दे ओह भी नहीं सामदा हैगा ओनू गुरु ही प्यार है तुसी मोर्चा लाउण तों पहला सरबजीत सिंह नाल गल कीती तुसी कह रहे सी कि ओह नहीं आए चलो आपां हुण ओनू माड़ा नहीं कहना आऊगा शायद मैं जो भी ओनू जो भी साडी होया है भाइयां नाल गुस्सा तां हुंदा देखो जिहदे गड्ड के मदद करी होवे आपां वोटां दे विच ਉਹ ਨਾ ਆਵੇ ਤਾਂ ਫਿਰ ਗੁੱਸਾ ਤਾਂ ਆਉਂਦਾ ਯਾਰ ਆਊਗਾ ਕਿ ਨਹੀਂ ਜੀ ਤਾਂ ਚਲੋ ਮੈਂ ਜੋ ਵੀ ਸ਼ਬਦ ਉਹਨੂੰ ਬੋਲੇ ਨੇ ਹੁਣ ਬਾਪੂ ਤਰਸੇਮ ਸਿੰਘ ਕਹਿੰਦਾ ਆਊਗਾ ਤਾਂ ਜੇ ਉਰੇ ਆ ਗਿਆ ਤਾਂ ਮੈਂ ਉਹਨੂੰ ਕਹੇ ਹੋਏ ਸ਼ਬਦ ਵਾਪਸ ਲੈ ਲੂੰਗਾ ਕੋਈ ਚੱਕਰ ਨਹੀਂ ਤਾਂ ਜਿਹੜਾ ਵੀ ਇਸ ਮੋਰਚੇ ਦਾ ਹਿੱਸਾ ਬਣੂਗਾ ਉਹਦਾ ਸਵਾਗਤ ਹੈ ਜਿਹੜਾ ਇਸ ਮੋਰਚੇ ਦਾ ਨਹੀਂ ਹਿੱਸਾ ਬਣੂਗਾ ਕਿਉਂਕਿ ਇਹ ਕਿਸੇ ਦਾ ਪਰਸਨਲ ਤਾਂ ਹੈ ਨਹੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਦੀ ਬਹਾਲੀ ਕਰਾਉਣੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਜੀ ਜਿਹੜੇ ਆਪਦੇ ਆਪ ਨੂੰ ਸਿੱਖ ਸਮਝਦੇ ਨੇ ਚਾਹੇ ਲੀਡਰ ਨੇ ਚਾਹੇ ਪੱਤਰਕਾਰ ਨੇ ਚਾਹੇ ਆਮ ਜਨਤਾ ਹੈ ਜੀ ਠੀਕ ਹੈ ਭਰਾ ਜੀ ਤੇ ਇੱਥੇ ਸਾਰਿਆਂ ਦਾ ਫਰਜ਼ ਬਣਦਾ ਸਾਥ ਦੇਣ ਦਾ ਜਿਹੜਾ ਸਾਥ ਦਊਗਾ ਉਹਦਾ ਸਵਾਗਤ ਹੈ ਜਿਹੜਾ ਸਾਥ ਨਹੀਂ ਦਊਗਾ ਉਹਦੀ ਖੱਲ ਲਾਵਾਂਗੇ ਸਾਰੀ ਦੀ ਸਾਰੀ ਜਿੰਨੀ ਵੀ ਬਨਾਵਟੀ ਖੱਲ ਖਾਲਸੇ ਵਾਲੀ ਉੱਤੇ ਪਾਈ ਹੋਈ ਹੈ ਚਿੰਤਾ ਨਾ ਕਰੋ ਕੱਲੇ ਕੱਲੇ ਦਾ ਚਿਹਰਾ ਨੰਗਾ ਕਰਾਂਗੇ ਇਹਦਾ ਮਤਲਬ ਤੁਸੀਂ ਦੋ ਹੱਲ ਕੱਢ ਰਹੇ ਹੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੱਲ ਇੱਕ ਜਿਹੜੇ ਸਿੱਖਾਂ ਦੇ ਵਿੱਚ ਦੋਗਲੇ ਚਿਹਰੇ ਉਹਨਾਂ ਦਾ ਵੀ ਹੱਲ ਕੱਢ ਰਹੇ ਹੋ ਇਹ ਗੁਰੂ ਕਿਰਪਾ ਕਰ ਰਹੇ ਨੇ ਇਹ ਮੈਂ ਉਰੇ ਬੈਠਿਆ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਦੇਖੋ ਮੇਰੀ ਔਕਾਤ ਨਹੀਂ ਹੈਗੀ ਨਾ ਮੈਂ ਇਸ ਟਾਵਰ ਤੇ ਚੜ ਸਕਦਾ ਸੀ ਭਰਾ ਮੇਰਿਆ ਮੈਂ ਅਨਫਿਟ ਜਿਹਾ ਬੰਦਾ ਸਵਾ ਕਮੰਟਲ ਮੇਰਾ ਵਜਣਾ ਤਾਂ ਥਾਪੜਾ ਦੇ ਕੇ ਗੁਰੂ ਸਾਹਿਬ ਨੇ ਮੈਨੂੰ ਚਾੜਿਆ ਤੇ ਜੋ ਇਸ ਟਾਈਮ ਮੇਰਾ ਦਿਮਾਗ ਚੱਲ ਰਿਹਾ ਉਹ ਗੁਰੂ ਦੇ ਅੰਡਰ ਹੈ ਜੀ ਜਿਹੜਾ ਸਿੱਖ ਗੁਰੂ ਨੂੰ ਆਪਣਾ ਆਪ ਸੌਂਪਦੇ ਨਾ ਉਹ ਉਹਦੇ ਤੇ ਫਿਰ ਗੁਰੂ ਦਾ ਕਬਜ਼ਾ ਹੈ ਜੀ ਠੀਕ ਹੈ ਜੋ ਕਰਨਗੇ ਗੁਰੂ ਸਾਹਿਬ ਕਰਨਗੇ ਤੇ ਤੁਸੀਂ ਦੇਖਿਓ ਕੀ ਕੁਛ ਹੁੰਦਾ ਹੈ ਜੀ ਜਿਨ੍ਹਾਂ ਨੇ ਅੱਜ ਤੱਕ ਆਪਾਂ ਨੂੰ ਮੂਰਖ ਬਣਾਇਆ ਉਹ ਸਾਰੇ ਨੰਗੇ ਹੋਣਗੇ ਹੁਣ ਜੀ ਠੀਕ ਹੈ ਜੀ ਚਿੰਤਾ ਨਾ ਕਰੋ ਤੁਸੀਂ ਕਿੰਨਾ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਮੂਰਖ ਬਣਾਇਆ ਹੁਣ ਦੇਖੋ ਕੌਮ ਦੇ ਲੀਡਰ ਮੂਰਖੇ ਨੇ ਹੈ ਮੂਰਖੇ ਬਣਾਇਆ ਹੁਣ ਤੱਕ 2015 ਦੇ ਵਿੱਚ ਬੇਅਦਬੀ ਹੋਈ ਜੀ ਕਿਹਦੀ ਸਰਕਾਰ ਸੀ ਅਕਾਲੀ ਦਲ ਸਰਕਾਰ ਜੀ ਬਰਗਾੜੀ ਮੋਰਚੇ ਦੇ ਵਿੱਚ ਗੋਲੀ ਚਲਾਈ ਕਿਹਨੇ ਚਲਾਈ ਅਕਾਲੀ ਦਲ ਸਰਕਾਰ ਨੇ ਜੀ ਉਹ ਕਿਵੇਂ ਆਪਾਂ ਭੁੱਲ ਸਕਦੇ ਆ ਆਪਣੇ ਦੋ ਸਿੰਘ ਉੱਥੇ ਸ਼ਹੀਦ ਹੋਏ ਅੱਜ ਤੱਕ ਇਨਸਾਫ ਨਹੀਂ ਮਿਲਿਆ ਨਾ ਬੇਅਦਬੀ ਦਾ ਮਿਲਿਆ ਨਾ ਗੋਲੀ ਕਾਂਡ ਦਾ ਮਿਲਿਆ ਜੀ ਸਭ ਤੋਂ ਵੱਡੀ ਪਾਪਾਂ ਦੀ ਪੰਡ ਬਾਦਲ ਪਰਿਵਾਰ ਨੇ ਆਪਦੇ ਸਿਰ ਤੇ ਰੱਖ ਲਈ ਜੀ ਸਭ ਤੋਂ ਵੱਡੀ ਪਾਪਾਂ ਦੀ ਪੰਡ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਰਲ ਮਿਲ ਕੇ ਸਰਸੇ ਵਾਲਿਆਂ ਨਾਲ ਸੌਦੇ ਸਾਧ ਵਾਲਿਆਂ ਨਾਲ ਜੀ ਫਿਰ ਗੋਲੀ ਕਾਂਡ ਦਾ ਆਰਡਰ ਦਿੱਤਾ ਜੀ ਉਹ ਕੋਈ ਬਿਨਾਂ ਸਰਕਾਰਾਂ ਤੋਂ ਦੇ ਨਹੀਂ ਸਕਦਾ ਵੀਰੇ ਠੀਕ ਹੈ ਤਾਂ ਗੁਰੂ ਸਾਹਿਬ ਨੇ ਅਰਸ਼ ਤੋਂ ਫਰਸ਼ ਤੇ ਛੱਡਤੇ ਜੀ
अज मूह छुपाते फिरते ने ठीक है भी सानू यार कोई अपना ले पंथ दे विचों सेके गए गुरु साहब ने सेक दे जे उत्तों बनावटी जिन्ने मर्जी रहना लेकिन गुरु साहब ने सेक दे जी ठीक है जिहे जथेदार इन्हां दे जिवें कहिंदे आ भी लिफाफियां दे विचों निकले होए ने लेकिन अज उह कम होऊगा वीर मेरिया जिवें नकली सिख बन के भी आप लड़ पे सी ना फौज नाल नकली सिख भी उह कम होऊगा जिन्ने नकली ने अरदासां जिन्नियां हुण सख्त हो रहियां ने शहीदां दे पहरे जिन्ने सख्त हो रहे ने सब दले मले जाण गए ऐदां बोलिया याद रख लिओ जी श्रोमणी कमेटी ने तुहाडे तक पहुंच कीती देखो सानू उम्मीद रखनी चाहिए है मैं सानू पहले ही कहता भी जेड़ा मोर्चे का हिस्सा बनूंगा वो साडे सिर दा ताज है जेड़ा मोर्चे का हिस्सा नहीं बनूंगा ओदे नकाब उतारांगे जे कोई जथेदार है चाहे कोई SCPC है चाहे वह कोई लीडर है चाहे यार कोई भी है चाहे समाज सेवी है किसे नूं नहीं बख्शना आपां देखो एक चीज सुन लो जेड़ी मेरी इस टाइम बिरती है गुरु साहब नाल जुड़ी हुई गुरु साहब दे इन्ने क सख्त हुक्म आए हुए ने डर पै तां देखो खतरा है मौत कबूल है आपां नूं जदों गुरु दा हुक्म है तां आपां एक सकिंट दे विच गुरु साहब दे चरणां चले जाणा जी पर इतने गुरु का यह हुक्म है भी पुत्रा हूं तकड़ा होके लड़ जिन्ना दुष्टा ने कौम का घाण किया हूं तक जी उन्होंने जेडे चेहरे ने जेड़ी शेर की खल पहनी हुई है उपर सिंह की जी अपने आप न सिख दिखाते ने अंदरों वह दोगले ने भी उन्होंने कले कले की खल ला जी तो मैं पंथ न बेनती कर दा देखो मैनू मैं थोड़े अगे झोली यह हटदा भी आपके प्यो की बेअदबी देखो अपने सारे गुरु ने गुरु गुरु गोबिंद सिंह पातशाह हुक्म है सब सिख हुक्म है गुरु मान्यो ग्रंथ तो जगदी जोत गुरु ने अपने प्यो ने अपने माई बाप ने अपने दुख सुख के खड़ना है मापे कदे माड़े नहीं होंगे औलाद माड़ी हो रही है अज औलाद नहीं जाग रही अपने प्यो की बेअदबी नहीं दिख रही उन्होंने पग ढाई दिख नहीं रही मैं ये वादा करदा बिच कई पत्रकार मैनू सवाल करते हैं भी तुम बिकना जाओ मैं थोड़े नाल जवान करदा ना तो बिकूंगा ना झुकूंगा तो डर तो खत्म है जो तो मौत कबूल कर ली डरा तो कोई सकता ही नहीं ठीक है तो इन बेनती ने तुम ताकड़े होके आओ आप रल मिल के मेरे कोई नहीं मैं थोड़ा सवाल लाऊंगा वीरे लाऊंगा थोड़ा सवाल ताकड़े होके आओ इस मोर्चे का हिस्सा बनो आप आपके प्यो का सत्कार बहाल कराइए सख्त कानून बनाइए हाँ वीरे दसो हूँ इतने मोर्चे को बधाना चाहते हो जां फिर जी 6 तरीक का ऐलान किया है कि उस ते अटल रहोगे देखो वीर जी मोर्चा तो चलूगा जिवें मैं शहादत भी देना जो अज कौम कट्ठी होंगी है जी सुनो मेरी गल जी मैं कहा सी भी मैं जिहड़ी मेरी कौम है मेरा परिवार है वह कट्ठा हो बे तो मैं माड़ा मोटा हौसला हो हाँ बी जाग भी कौम मैं इतने बैठा क्यों हाँ कौम को जगाने वास्ते बैठा जी ठीक है भी अपने प्यो की बेअदबी हो रही है आप सारे रल मिल के बेअदबिया रोकीये गुरु का सत्कार बहाल कराइए जे कौम जागती अज वड्डा कट हुंदा है जो हुक्म करनगे बिना थले उतरन तो मैं मनूंगा यार मैं मर्द बंदा मैं लड़के शहीद होने वाला बंदा जी पर जे कौम ना पहुंची अज भी तो मैं कल 12 बजे शहादत देनी है मैं अपनी जबान तो थोड़ी भजदा जी एक चीज होर है हुण लोग बहुत सारे सवाल चक्कणगे कि मर्द हमेशा लड़के शहीद हुंदे हुंदे आ सुसाइड जां इदां दे कोई राह नहीं अपनाउंदे हुंदे देखो वीर जी ये सुसाइड नहीं है इनू तुसी सुसाइड ना मन्नो नहीं मैं ये ना गुरु दे सुनो क्योंकि जो बापू सूत सिंह भी इदां बैठे रहे जां भाई गुरबख्श सिंह जां होर जिन्ने भी इदां होया उदों बाद विच लोकां ने जिहड़े सवाल चक्कणे शुरू कर दित्ते सी सुनो वीर जी गल ये लोग ना ये रब भी नहीं इन्हों खुश कर सकिया 10 पातशाहियां भी इन्हों खुश नहीं कर सकिया बाजा वाले पिता ने ना पिछे कंजर पिछे परिवार भी वारता ये ताम नहीं उदे बने अज कुराहे पए हुए ने ठीक है डेरिया ते जाके मत्थे रगड़ते ने अपने गुरु नूं किने मन्निया बई गुरु दे कहने दे कौन चले तो आप इन्हों खुश नहीं कर सकते इन्हों नहीं खुश कर सकते मेरी बेनती है मेरा जेड़ा इत्थे अपराल है कौम नूं जगाउण दा ठीक है
ਜਿਵੇਂ ਵੀ ਗੁਰੂ ਦਾ ਹੁਕਮ ਆਉਂਦਾ ਤੇ ਕੌਮ ਨਹੀਂ ਇਕੱਠੀ ਹੁੰਦੀ, ਕੱਲ ਨੂੰ 12 ਵਜੇ ਆਪਾਂ ਸ਼ਹਾਦਤ ਦੇਣੀ ਹੈ, ਉਹ ਇੱਕ ਇਤਿਹਾਸ ਲਿਖਿਆ ਜਾਊਗਾ, ਉਹ ਵਿਦਵਾਨ ਸਭ ਸਮਝਦੇ ਨੇ, ਉਹ ਗੁਰੂ ਦੇ ਪਿਆਰ ਦੇ ਵਿੱਚ ਸ਼ਹਾਦਤ ਹੋਊਗੀ। ਉਹ ਕੋਈ ਐ ਨੀ ਵੀ ਮੈਨੂੰ ਕੁਛ ਚਾਹੀਦਾ, ਮੈਂ ਮਰ ਗਿਆ ਹੋਏ, ਮਰ ਗਿਆ ਹੋਏ, ਮੈਂ ਲੁੱਟਿਆ ਗਿਆ ਹੋਏ, ਮੈਂ ਤਾਂ ਆਪਦੀ ਜਾਨ ਕੁਰਬਾਨ ਕਰੂੰਗਾ, ਉੱਥੇ ਮੈਂ ਖੁਸ਼ ਹੋ ਕੇ ਜਗਾਰੇ ਛੱਡ ਕੇ। ਤੁਸੀਂ ਦੇਖੋਗੇ ਮੌਤ ਐ ਨੀ ਹੁੰਦੀ ਹੈਗੀ, ਮੇਰੇ ਕੋਲ 100 ਗੋਲੀ ਹੈ, ਜਿੰਨਾ ਗੁਰੂ ਸਾਹਿਬ ਮੇਰੇ ਚ ਬਲ ਬਖਸ਼ਣ, ਮੈਂ ਐ ਨੀ ਪਤਾ 100 ਦੀ 100 ਗੋਲੀ ਆਪਦੇ ਸਰੀਰ ਵਿੱਚ ਦੀ ਕੱਢਦਾ। ਤੁਸੀਂ ਠੀਕ ਹੈ ਹਥਿਆਰ ਲੈ ਕੇ ਬੈਠੇ ਹੋ? ਬਿਲਕੁਲ ਭਰਾ, ਹਥਿਆਰ ਤੋਂ ਬਿਨਾਂ ਮੈਨੂੰ ਅੱਜ ਨੂੰ ਚੱਕ ਕੇ ਲੈ ਜਾਂਦੇ। ਮੈਂ ਬੜਾ ਪੂਰੇ ਪੱਕੇ ਪ੍ਰਬੰਧ ਨੇ, 100 ਗੋਲੀ ਹੈ, 10 ਮੈਗਜ਼ੀਨ ਨੇ ਭਰੇ ਹੋਏ, ਪਿਸਟਲ ਹੈ ਮੇਰੇ ਕੋਲ ਲਸੰਸੀ, ਠੀਕ ਹੈ, ਤਾਂ ਮੈਂ ਪੱਕੇ ਫੌਜੀ ਬੰਦਾ। ਯਾਰ ਫੌਜੀ ਬੰਦਾ ਕੱਚਾ ਹੋ ਹੀ ਨਹੀਂ ਸਕਦਾ। ਪਹਿਲਾ ਬੰਦਾ ਫੌਜੀ ਬੰਦਾ ਟ੍ਰੇਨਿੰਗ ਇੰਡੀਅਨ ਆਰਮੀ ਦੀ ਹੋਈ ਹੋਵੇ, ਦੂਜਾ ਹੋਵੇ ਗੁਰੂ ਦਾ ਖਾਲਸਾ ਚੜ੍ਹਦੀ ਕਲਾ ਦਾ, ਫਿਰ ਯਾਰ ਕੱਚੀ ਗੱਲ ਕਿਵੇਂ ਹੋ ਸਕਦੀ ਹੈ ਕੋਈ ਜੀ। ਇਹ ਗੁਰੂ ਦੇ ਥਾਪੜੇ ਨਾਲ ਐਸੇ ਤਰੀਕੇ ਨਾਲ ਗੁਰੂ ਸਾਹਿਬ ਨੇ ਮੋਰਚਾ ਲਵਾਇਆ, ਕੋਈ ਚਿੜੀ ਵੀ ਫੰਗ ਨਹੀਂ ਮਾਰ ਸਕਦੀ ਜੀ। ਠੀਕ ਹੈ ਜੀ, ਠੀਕ ਹੈ। ਉੱਤੇ ਠੰਡ ਵੀ ਹੋਊਗੀ, ਦਿਨੇ ਗਰਮੀ ਵੀ ਹੋਊਗੀ, ਬਹੁਤ ਬੁਰਾ ਹਾਲ ਹੈ ਬਾਈ। ਰਾਤ ਨੂੰ ਕੁੱਟਦੀ ਹੈ ਠੰਡ, ਦਿਨ ਚ ਫੂਕਦੀ ਹੈ ਗਰਮੀ, ਪਰ ਜਦੋਂ ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਹੋਈਏ ਤਾਂ ਫਿਰ ਉਹ ਸ਼ਹੀਦਾਂ ਨੂੰ ਯਾਦ ਕਰ ਲੈਣੇ ਆ ਜਿਨ੍ਹਾਂ ਨੇ ਬੰਦ ਬੰਦ ਕਟਾਏ ਨੇ ਗੁਰੂ ਦੇ ਪਿਆਰ ਦੇ ਵਿੱਚ, ਉਹ ਵੀ ਤਾਂ ਦੇਖੋ ਸ਼ਹਾਦਤਾਂ ਸੀ। ਬਿਲਕੁਲ, ਆਰੇ ਦੇ ਨਾਲ ਚੀਰਤੇ, ਤੇ ਜਦੋਂ ਉਹਨਾਂ ਨੂੰ ਉਹਨਾਂ ਦਾ ਪੁੱਛਿਆ ਗਿਆ, ਉਹ ਕਹਿੰਦੇ ਬਸ ਮੈਨੂੰ ਬਾਣੀ ਪੜ੍ਹ ਲੈਣ ਦਿਓ, ਤੁਸੀਂ ਆਪਦਾ ਜ਼ੋਰ ਲਾਓ, ਮੈਂ ਆਪਦਾ ਜ਼ੋਰ ਲਾਉਣਾ, ਤਾਂ ਸਾਹਿਬ ਲਾਓ, ਤਾਂ ਫਿਰ ਉਹ ਸ਼ਹੀਦਾਂ ਨੂੰ ਆਪਾਂ ਕਿਵੇਂ ਭੁੱਲ ਸਕਦੇ ਹਾਂ ਜੀ। ਉਹਨਾਂ ਦੀਆਂ ਸ਼ਹਾਦਤਾਂ ਨੂੰ ਦੇਖ ਕੇ ਤਾਂ ਆਪਣਾ ਸਿਰ ਉੱਚਾ ਜੀ। ਜਿਵੇਂ ਹੁਣ ਤੁਸੀਂ ਕਿਹਾ ਕਿ ਅੱਜ ਇਕੱਠ ਹੋਊਗਾ, ਕੱਲ ਨੂੰ 12 ਵਜੇ ਦਾ ਅੰਤਮ ਫੈਸਲਾ ਹੈ, ਅੰਤਮ ਫੈਸਲੇ ਕੀ ਹੋਊਗਾ ਕਿ ਤੁਹਾਡੀ ਸ਼ਹਾਦਤ ਤੈਅ ਕਰ ਚੁੱਕੇ ਹੋ ਤੁਸੀਂ, ਜਾਂ ਫਿਰ ਸੰਗਤ ਆ ਕੇ ਜੇ ਇਕੱਠ ਵੱਡਾ ਹੋ ਜਾਂਦਾ ਹੈ ਕਿ ਇਸ ਨੂੰ ਡਿਲੇ ਕਰਕੇ ਅੱਗੇ ਲਿਜਾਇਆ ਜਾਊਗਾ, ਜਾਂ ਇਹਦਾ ਗੁਰਮਤਾ ਕਰਕੇ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਦੇ ਵਿੱਚ ਤੁਸੀਂ ਬੈਠੋਗੇ? ਦੇਖੋ ਵੀਰ ਜੀ, ਜੋ ਵੀ ਹੁਣ ਮੈਨੂੰ ਥੱਲੋਂ ਹੁਕਮ ਹੋਏ ਨੇ ਜੀ, ਪੰਜ ਪਿਆਰਿਆਂ ਦੀ ਨਾ ਗੁਰੂ ਸਾਹਿਬ ਨੇ ਮੋੜੀ ਸੀ ਨਾ ਮੈਂ ਮੋੜਾ, ਮੈਂ ਉਹਨਾਂ ਦਾ ਕੁੱਕਰ ਹਾਂ, ਗੁਰੂ ਤੋਂ ਵੱਡਾ ਕੋਈ ਨੀ ਜੀ। ਜੇ ਕੌਮ ਇਕੱਠੀ ਹੁੰਦੀ ਹੈ, ਮੈਂ ਉਹਨਾਂ ਨੂੰ ਇਹ ਸ਼ਰਤ ਰੱਖੀ ਹੈ ਵੀ ਜੇ ਕੌਮ ਇਕੱਠੀ ਹੁੰਦੀ ਹੈ ਮੈਨੂੰ ਤਾਂ ਹੁਕਮ ਜਾਰੀ ਕਰਾਇਓ, ਠੀਕ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਕਿਤੇ ਕੌਮ ਇਕੱਠੀ ਨਾ ਹੋਵੇ ਪੰਜ ਪਿਆਰਿਆਂ ਤੋਂ, ਤੁਸੀਂ ਹੁਕਮ ਜਾਰੀ ਕਰਾ ਦਿਓ, ਤਾਂ ਫਿਰ ਉੱਥੇ ਮੇਰਾ ਨਾ ਮੋਸ਼ੀ ਵੱਲ ਜਾਣਾ ਤੈਅ ਹੈ, ਠੀਕ ਹੈ ਜੀ ਜੀ। ਤਾਂ ਚਲੋ ਗੁਰੂ ਸਾਹਿਬ ਕਿਰਪਾ ਕਰਨ, ਜੋ ਵੀ ਗੁਰੂ ਦਾ ਹੁਕਮ ਹੋਊਗਾ ਆਪਾਂ ਸਿਰ ਮੱਥੇ ਮੰਨਾਂਗੇ, ਤੇ ਜੇ ਕੌਮ ਇਕੱਠੀ ਹੁੰਦੀ ਹੈ ਮੈਂ ਪੰਜ ਪਿਆਰਿਆਂ ਦਾ ਹੁਕਮ ਮੰਨੂੰਗਾ, ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਸਿੱਖ ਸੰਗਤ ਦੇ ਨਾਲ, ਕਿਉਂਕਿ ਪਿਓ ਸਭ ਦੇ ਨੇ, ਠੀਕ ਹੈ ਜੀ। ਇੱਕ ਅੱਧੇ ਦੀ ਗੱਲ ਨੀ, ਇਹ ਸਾਰੀ ਕੌਮ ਦੀ ਇਕਜੁੱਟਤਾ ਦੀ ਗੱਲ ਹੈ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਲੜਨ ਦੀ ਗੱਲ ਹੈ। ਕੌਮ ਇਕੱਠੀ ਦੀ ਗੱਲ ਤੁਸੀਂ ਕਿੰਨੇ ਦੀ ਕਰਦੇ ਹੋ? 1000 ਬੰਦਾ, 10000 ਬੰਦਾ, 50000 ਬੰਦਾ, 500 ਬੰਦਾ, ਜਾਂ ਮਰਦ ਤਾਂ ਕਹਿੰਦੇ ਹੁੰਦੇ 5 ਹੀ ਬਹੁਤ ਹੁੰਦੇ ਆ ਸਿਰ? ਮਹਾ ਤੁਸੀਂ ਚਿੰਤਾ ਨਾ ਕਰੋ, ਮੈਨੂੰ ਤਾਂ ਥੋੜੇ ਮਰਦਾਂ ਦੀ ਉਹ ਲੋੜ ਹੈ ਜਿਹੜੇ ਐ ਕਹਿਣ ਵੀ ਚੰਗਿਆੜਿਆਂ ਦੀ ਤਰ੍ਹਾਂ ਮੱਚ ਜਾਂਗੇ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦਾ। ਯਾਰ ਡੁਪਲੀਕੇਟ ਨੀ ਚਾਹੀਦੇ, ਡੁਪਲੀਕੇਟ ਨੀ ਚਾਹੀਦੇ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਬਾਦਸ਼ਾਹ, ਤੁਹਾਡੇ ਤੇ ਮਿਹਰ ਰੱਖੀ। ਚਿੰਤਾ ਨਾ ਕਰੋ, ਜੇ ਸ਼ਹਾਦਤ ਪਾਉਣੀ ਪਈ ਨਾ ਕੱਲ ਨੂੰ ਤਾਂ 12 ਵਜੇ ਆਇਓ, ਜ਼ਰੂਰ ਨਜ਼ਾਰਾ ਐਸਾ ਬੰਨਦਾਂਗੇ। ਸਭ ਤੋਂ ਪਹਿਲਾਂ ਤਾਂ ਨਿਤਨੇਮ ਤਾਂ ਮੈਂ ਤੜਕੀ ਅੰਮ੍ਰਿਤ ਵੇਲੇ 12 ਵਜੇ ਤੋਂ ਬਾਅਦ ਹੀ ਕਰਨ ਲੱਗਾ, ਕਿਉਂਕਿ ਰਾਤ ਨੂੰ ਮੈਂ ਸੌਂਦਾ ਨਹੀਂ ਜੀ। ਫਿਰ ਸਵੇਰੇ ਪਹਿਲਾਂ ਜਾਪ ਕਰਾਂਗੇ, ਜਾਪ ਕਰਨ ਤੋਂ ਬਾਅਦ ਜਗਾਰੇ ਛੱਡੂਗਾ ਤੁਹਾਡਾ ਭਰਾ 11 ਗੱਜ ਵੱਜ ਕੇ ਜੀ, 11 ਜਗਾਰੇ ਇਹ ਸੰਸਾਰ ਨੂੰ ਕੰਮਣ ਲਾ ਦਾਂਗੇ, ਕੰਮਣ ਇਹੋ ਜਿਹੇ ਜਗਾਰੇ ਲਾਵਾਂਗੇ ਗੁਰੂ ਦੇ ਓਟ ਆਸਰੇ ਨਾਲ ਜੀ। ਫਿਰ 11 ਜਗਾਰੇ ਲਾਉਣ ਤੋਂ ਬਾਅਦ ਮੈਂ ਗੋਲੀਆਂ ਮਾਰਨੀਆਂ ਸ਼ੁਰੂ ਕਰੂੰਗਾ ਆਪਦੇ ਸਰੀਰ ਦੇ ਵਿੱਚ, ਇੱਕ ਗੋਲੀ ਨੀ ਮਾਰਨੀ ਵੀ ਸਿੱਧੀ ਪੁੜਪੜੀ ਚ ਗੋਲੀ ਮਾਰ ਲਈ ਤੇ ਸਮਾਪਤ ਹੈ ਕੰਮ ਨਾ ਜੀ। ਇੱਥੇ ਕੁਛ ਵੱਖਰਾ ਕਰਕੇ ਜਾਵਾਂਗੇ, ਦਿਖਾ ਕੇ ਜਾਵਾਂਗੇ ਗੁਰੂ ਦੇ ਪਿਆਰ ਦੇ ਵਿੱਚ ਭਿੱਜਿਆ ਹੋਇਆ ਸਿੱਖ ਆਪਦੀ ਦੇਹ ਨੂੰ ਕਿਵੇਂ ਕਿਵੇਂ ਗੋਲੀਆਂ ਦੇ ਨਾਲ ਪਾੜਦਾ, ਠੀਕ ਹੈ ਨਾ। ਜਿਹੜੇ ਲੋਕ ਸਰੀਰਾਂ ਨੂੰ ਪਿਆਰ ਕਰਦੇ ਨੇ ਨਾ, ਉਹਨਾਂ ਨੂੰ ਦੱਸਾਂਗੇ ਵੀ ਗੁਰੂ ਤੋਂ ਪਿਆਰਾ ਕੁਛ ਨਹੀਂ, ਤਾਂ ਥੱਲੋਂ ਗੋਲੀਆਂ ਮਾਰਨੀਆਂ ਸ਼ੁਰੂ ਕਰੂੰਗਾ ਪੈਰਾਂ ਤੋਂ, ਪੈਰਾਂ ਤੋਂ ਬਾਅਦ ਉੱਤੇ ਤੱਕ ਗੋਲੀਆਂ ਮਾਰੂੰਗਾ ਜਿੰਨਾ ਚਿਰ ਗੁਰੂ ਸਾਹਿਬ ਮੇਰੇ ਚ ਤਾਕਤ ਬਖਸ਼ਣ, ਤਾਂ ਛੇਦ ਕਰ ਦੂੰਗਾ ਆਪਦੇ ਸਰੀਰ ਦੇ ਵਿੱਚ ਬਾਈ, ਤੁਸੀਂ ਦੇਖੋਗੇ। ਇਹ ਮੇਰੀ ਜ਼ਬਾਨ ਹੈ ਕੌਮ ਨੂੰ ਜੀ, ਬਸ ਗੁਰੂ ਸਾਹਿਬ ਮੈਨੂੰ ਬਲ ਬਖਸ਼ਣ ਤੇ ਮੈਨੂੰ ਇਹੀ ਜੀ ਸ਼ਹਾਦਤ ਦੇਣ ਵਾਸਤੇ ਬਲ ਬਖਸ਼ਣ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣ, ਮੈਨੂੰ ਹੋਰ ਚਾਹੀਦਾ ਹੀ ਕੁਛ ਨੀ ਜੀ।
बहुत बहुत मेहरबानी तुहाडी साडे नाल जुड़न लई। असीं सुनेहा तुहाडा कौम तक जिहड़े पहुंचाउण दी कोशिश करदे आ। असीं उम्मीद करदे आ पंथ तों पंथ न्यारा ते हमेशा उह कदे भी पिछे नहीं हटता जदों गुरु ग्रंथ साहिब दे मसले दी गल होवे ते सारे एकत्र होणगे शायद एकत्रता दे विच इक जिहड़ा हल निकल के आवे। तुसीं भी आपदे परिवार लई पंथ लई बहुत कीमती हो ते असीं चाहुंदे आ कि इस चीज़ दा हल निकल आवे। पर एक गल ये भी है कह देनी चाहिए है कि शहीदी कर्म वालों मिलती है ये हुण तुहाडे कर्मां दे विच की लिखा है वो सानू नहीं पता। तुहाडे कर्मां दे विच जे गुरु की गोद लिखी है तो वह तुहानू मिल जानी है ते जे तुहाडे कर्मां दे विच मैं की दसा तेन जिमें जिमें दिन नेड़े आ रहे ने हुण तां दे कलू है। अज मैं सवेरे दो घंटे ही सुत्ता पांच बजे सुत्ता ही सत्त बजे उठ खड़े सी। नींद आई ओ नहीं हैगी नींद ना आउण दा कोई मतलब नहीं। जर इन्नी फुर्ती हो रही अज एडी गुरु की कृपा हो रही है जिमें ना कुछ शरीर दे विच नवा भरता हुंदा दाता जी ने। जर एक दस तरीक का बंदा प्रशादा छकिया होवे इन्ने दिन उ गिरजा दा बंदा अच्छा है हुसन चढ़ रहा मालक महा यार ऐसी बप्पर शेर आली मैं तेन दस नहीं सकता रोंगटे खड़े हो रहे ने भाई क्या बात है हैं अरनेरिया लिया राजे तू देखदा जा गुरु साहब कृपा करन बस आपदे चरणा दे विच ये शरीर लेखे लै लैण। मेरी तो पांच साल की छह साल की यही अरदास चल रही थी गुरु साहब के चरणा च भी आपदे निमाणे बच्चे की ये देह नूं आपदे चरणा च लेखे ला लियो दादा जी कितें मैं भंग दे भाणे ना पक जा की पता यार गुरु साहब मेरे से कृपा कर ही देना है। ते तेरा भरा हस हस के शहादत दूंगा तू देखी कली कली गोली बजूगी यार मैं फिर भी जगारे छटूंगा तू देखी यार कुछ इतिहास रच के जावे जेडे साडे बच्चे इतिहास नूं भुल के एक नवा इतिहास रच के जावे। और ये भी मैं कहना आपकी सिख संगत नूं मैनूं पूजण ना लग जाओ मूर्खो मैं एक गुरु का कुकर हाँ आपां देहां पूजणियां छड्डीए जी असली असली शक्ति नूं पहचानो आपदे गुरु पातशाह दी शक्ति नूं गुरु ग्रंथ साहिब दी जग दी जोत जी जदों जग दी जोत दी शक्ति पहचान गए ना आपां सारे जोधे आ जी फिर गुरु साहिब अपनी कदे मैदान दे विच पिट नहीं लगन दिंदे जी। ठीक है जी तां ऐसे पिता नूं आपां पहचानीए ते आपदे गुरु वास्ते निशावर होण वास्ते तैयार रहीए। ठीक है होर दस वीरे जी बहुत बहुत धन्यवाद शुक्रिया। असीं दुआ करते हैं अरदास करते हैं बेनती करते हैं सुनेहा लाने के पंथ एकत्रता हो गई। असीं चाहुंदे हां कि सरबत खालसा की तरह इकट्ठ हो मसले का जिहड़ा हल निकले क्योंकि हरेक इत्थे कल्ले सिख का मसला नहीं हरेक जगत का मसला है हरेक धर्म का मसला है। जे इस तरह के कानून बनते हैं तो इस चीज़ों का जिहड़े हल निकलणगे गां आने वाले समय के सानूं इन्हां चीज़ों से नहीं लड़ना पैना गा क्योंकि जे असीं इन्हां कामां च धर्म के नाते उलझ के रह के तो बहुत सारे मसले जिहड़े पंजाब दीआं तरक्कियां जां साडे नौजवानां ने जिहड़ियां तरक्कियां करनियां उह जिहड़ियां फिक्कियां पैंदियां ने। इस करके जे गुरु ग्रंथ साहिब जां कला गुरु ग्रंथ साहिब दे नाल कुरान जां जिन्ने होर बाइबल जां होर जिन्ने भी धर्म हैगे उन्हां दे भी तो उही तां कानून बनना है ते कानून होना चाहिए कि यह सख्त तो सख्त कानून होवे। जे कोई गुरु ग्रंथ साहिब दी बेदबी करदा उहनूं पता होवे कि मैं इस दुनिया ते नहीं रहना गा जां कोई की हल आ फांसी की सजा जां की चीज हैगी है। बहुत बहुत धन्यवाद शुक्रिया तुसीं साडे नाल जुड़े हो जी। असीं दुआ करदे हां वाहिगुरु जी का खालसा वाहिगुरु जी की फतेह वाहिगुरु जी की फतेह जी।